मेरा नाम कुलदीप कौर है, मैं फिरोजपुर कैंट बाजार नंबर 7 की रहने वाली हाँ। मैं इतने 35 साल तो रह रही हाँ। मेरे इन्होंने मतलब के कब्जा लिया गुरुद्वारे का 2011 में कब्जा लैके तो मेरे घर के निशान साहब ला दिता कि यह भी जगह नाल मलनी है। और ये सत्कार कमेटी वाले ये आए कट्ठे हो गए 15-20 जने निशान साहब लाने। इन्होंने ये नहीं वेख्या अगे बाथरूम थले गटर लगा आ उत्ते निशान साहब ला दिता इन्होंने। इन्हों के नाल श्रोमणी गुरुद्वारा प्रबंधक कमेटी जामनी साहब वाले भी नाल रली हुई है। और हुण इन्होंने फिर इत्थे आके धक्केशाही की आके निशान साहब के कपड़ा चढ़ाया। मैं केस जित चुकी हुई हाँ, मैनू पूछया भी नहीं गया। एस एच ओ नू नाल लैके आए आ, एस एच ओ ने मेरे ते झूठे इल्जाम लाए ने कि मैं गुरु ग्रंथ साहब कड़े इन्हां दीआं अलमारियां चों। साढ़े कैमरे लगे हुए आ, सीसीटीवी जे कड़े ने ते सानूं सबूत दवे एस एच ओ। इत्थे इलाके दी छावनी दी सिख संगतां ने 1962 च इत्थे गुरद्वारा शुभद कीता सीगा ते पहलो वक्फ बोर्ड जगह सी इत्थे मसीत सी ते मसीत तों बाद गुरद्वारा बनाता सिख संगतां ने। इत्थे उदों सेवा चल रही सी, इत्थे ग्रंथी सूरत सिंह साजन चंगाली पिंड तों ढाडी दी वी ड्यूटी करदा सी, उह इत्थे सेवा करदा रहा बड़ा लंबा समां। बाद विच इन्हां दा आप च क्लेश हो गया आपदे घर दे विच नौ नाल, इन्हें सिख जथेबंदियां नूं जाके शिकायत की लिखती सानूं वी इह गल तां असीं इत्थे आए ते जिहड़ी गल सी गुरु घर उहने सिख जथेबंदियां नूं सेवा देती। उस तों बाद श्रोमणी कमेटी नूं प्रबंधक श्रोमणी कमेटी नूं ਇਸ ਨਾਲ ਉਹਨਾਂ ਮੈਨੇਜਰ ਕਿਹੜੇ ਆਏ ਸੀ ਘਰਿੰਡਾ ਸਾਹਿਬ, ਸਕੱਤਰ ਸਾਹਿਬ ਘਰਿੰਡਾ ਸਾਹਿਬ ਆਏ, ਉਹਨਾਂ ਨੂੰ ਇੱਥੇ ਗੁਰੂ ਘਰ ਦੀ ਸੇਵਾ ਸੌਂਪਤੀ ਸ਼੍ਰੋਮਣੀ ਕਮੇਟੀ ਨੂੰ। ਉਦੋਂ ਤੋਂ ਲੈ ਕੇ ਆ ਉਹ ਸੂਰਤ ਸਿੰਘ ਸਾਜਨ ਦੀ ਬਾਅਦ 'ਚ ਮੌਤ ਹੋ ਗਈ, ਇਹ ਬੀਬੀ ਨੇ ਕਬਜ਼ਾ ਕਰ ਲਿਆ। ਗੁਰੂ ਘਰ ਦੀ ਗ੍ਰੰਥੀ ਦੀ ਰਾਇ ਸੀ, ਮੇਨ ਗੇਟ ਇਹ ਸੀ, ਉਦੋਂ 'ਤੇ ਗੁਰੂ ਘਰ 'ਤੇ ਕਬਜ਼ਾ ਕਰਕੇ ਬੈਠੀ ਹੋਈ ਆ। ਸ਼੍ਰੋਮਣੀ ਕਮੇਟੀ ਦੇ ਉਹ ਸਿੱਖ ਜਥੇਬੰਦੀਆਂ 'ਤੇ ਇਹਨੇ ਝੂਠੇ ਪਰਚੇ ਕਈ ਦਰਖਾਸਤਾਂ ਦਿੱਤੀਆਂ ਹੋਈਆਂ ਨੇ। ਫਿਰ ਹੁਣ ਇਹਨੇ ਸਾਨੂੰ ਪਤਾ ਲੱਗਾ ਨਿਸ਼ਾਨ ਸਾਹਿਬ ਲੱਗਾ ਹੋਇਆ ਬੜੇ ਲੰਬੇ ਸਮੇਂ ਤੋਂ ਇੱਥੇ, ਇਹ ਨਰਾਦਰੀ ਕਰਾ ਰਹੀ ਹੈ ਬੜੇ ਲੰਬੇ ਸਮੇਂ ਤੋਂ। ਇਹਨੇ ਹੁਣ ਸਾਈ ਧਰਮ ਬਣਾ ਲਿਆ ਹੈ, ਸਿੱਖ ਧਰਮ ਛੱਡਤਾ ਹੈ। ਸਿੱਖ ਧਰਮ ਛੱਡਣ ਤੋਂ ਬਾਵਜੂਦ ਇੱਥੇ ਇਹ ਨਿਸ਼ਾਨ ਸਾਹਿਬ ਦੀ ਦਿਨ ਰਾਤ ਨਰਾਦਰੀ ਕਰਾ ਰਹੀ ਆ। ਇੱਥੇ DSP ਸਾਹਿਬ ਮੌਕੇ 'ਤੇ ਆਏ ਆ, SHO ਸਾਹਿਬ ਵੀ ਆਏ ਆ। ਪਹਿਲੀ ਗੱਲ ਤਾਂ ਕਹਾਂਗਾ ਵੀ 295 ਦਾ ਜੀ ਪਰਚਾ ਚਾਹੀਦਾ ਇਹਦੇ 'ਤੇ, ਇਹ ਸਿੱਖ ਧਰਮ ਦਾ ਅਤੇ ਸਾਈ ਧਰਮ ਦਾ ਉਹ 'ਚ ਵੱਡਾ ਕਲੇਸ਼ ਬਣਾਏਗੀ ਇੱਥੇ ਛਾਉਣੀ ਵਿੱਚ। ਅਤੇ ਮੈਂ ਉਹਨਾਂ ਨੂੰ ਵੀ ਕਹਾਂਗਾ ਸਾਈ ਧਰਮ ਵਾਲਿਆਂ ਨੂੰ ਵੀ ਇੱਥੇ ਸਾਡੇ ਸਿੱਖ ਧਰਮ ਦੇ ਚਿੰਨ੍ਹਾਂ ਦੀ ਨਰਾਦਰੀ ਕਰਾ ਰਹੀ ਆ, ਅਤੇ ਬਿਲਕੁਲ ਹੀ ਬੰਦ ਨਹੀਂ ਹੋਣੀ ਚਾਹੀਦੀ ਆ। ਪਰਚਾ ਦਰਜ ਕਰਕੇ ਕਿੰਨੇ ਵੀ ਇਹਦੇ ਸ਼ਾਮਿਲ ਨੇ ਪਰਿਵਾਰ ਦੇ ਮੈਂਬਰ ਸਾਰੇ ਬੰਦ ਕੀਤੇ ਜਾਣ ਅਤੇ ਕਿਹੜੇ ਗੁਰੂ ਘਰ ਦੀ ਮਰਿਆਦਾ ਬਹਾਲ ਕਰਾਈ ਜਾਵੇ। ਛਾਵਣੀ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਕ ਮਸਲਾ ਤੁਹਾਡੇ ਸਾਹਮਣੇ ਆਇਆ, ਇਹ ਹੁਣ ਇਹਦੇ 'ਤੇ ਸਰ ਤੁਹਾਡਾ ਕੀ ਕਹਿਣਾ ਜੀ, ਜਿਹੜਾ ਨਿਸ਼ਾਨ ਸਾਹਿਬ ਇੱਥੇ ਚੜ੍ਹਾਇਆ ਗਿਆ ਇਹਦੇ ਰਿਗਾਰਡਿੰਗ? ਇਹਨਾਂ ਦੋਵਾਂ ਪਾਰਟੀਆਂ ਨੂੰ ਬੁਲਾਇਆ, ਸਾਰਿਆਂ ਕੋਲ ਆਪਣੇ ਆਪਣੇ ਡਾਕੂਮੈਂਟਸ ਨੇ, ਕੋਰਟ ਕੇਸ ਚੱਲਦਾ, ਇਹਨਾਂ ਨੂੰ ਥਾਣੇ ਬੁਲਾਇਆ, ਡਾਕੂਮੈਂਟ ਦੇਖਾਂਗੇ ਜਿਹਦੇ ਰਿਗਾਰਡਿੰਗ ਜੋ ਕੋਰਟ ਦਾ ਆਰਡਰ ਹੈ ਉਹਦੇ ਹੀ ਮੁਤਾਬਕ ਕਾਰਵਾਈ ਕਰਨੀ ਕੀਤੀ ਹੈ। ਪ੍ਰੇਜ਼ ਦ ਲਾਰਡ, ਮੇਰਾ ਨਾਮ ਪਾਸਟਰ ਤਨਵੀਰ ਕੌਰ ਹੈ। ਮੈਂ ਆਪਣੀ ਮਦਰ ਅਤੇ ਆਪਣੀ ਦੋ ਭੈਣਾਂ ਇੱਕ ਛੋਟੇ ਬ੍ਰਦਰ ਦੇ ਨਾਲ ਹਾਊਸ ਨੰਬਰ 14/16 ਬਾਜ਼ਾਰ ਨੰਬਰ 7 ਫਿਰੋਜ਼ਪੁਰ ਕੈਂਟ ਵਿੱਚ ਰਹਿੰਦੇ ਹਾਂ। ਮੇਰੇ ਮਦਰ ਜੋ ਕਿ ਹਰ ਇੱਕ ਕੇਸ ਮਾਨਯੋਗ ਕੋਰਟ ਤੋਂ ਜਿੱਤ ਚੁੱਕੇ ਨੇ, ਬਟ ਫਿਰ ਵੀ ਸਾਨੂੰ ਸਿੱਖ ਕਮਿਊਨਿਟੀ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੱਲਦੇ ਕੇਸ ਵਿੱਚ ਇਹਨਾਂ ਨੇ ਸਾਡੇ ਘਰ ਸਾਡੀ ਜਗ੍ਹਾ ਨੂੰ ਜ਼ਬਰਦਸਤੀ ਹਥਿਆਉਣ ਵਾਸਤੇ ਇੱਥੇ ਨਿਸ਼ਾਨ ਸਾਹਿਬ ਲਾਇਆ, ਇਹਨੂੰ ਗੁਰਦੁਆਰੇ ਦੀ ਜਗ੍ਹਾ ਦੱਸਣ ਵਾਸਤੇ। ਉਸ ਤੋਂ ਬਾਅਦ ਜਦੋਂ ਅਸੀਂ ਸਾਰੇ ਕੇਸ ਵੀ ਜਿੱਤ ਚੁੱਕੇ ਹਾਂ, ਪਰ ਇਹ ਹਜੇ ਵੀ ਆਪਣਾ ਦਰਵਾਜ਼ਾ ਕੱਢ ਨਹੀਂ ਰਹੇ। ਇਸ ਜ਼ਬਰਦਸਤੀ ਸਾਡੇ ਘਰ ਦੇ ਵਿੱਚੋਂ ਸਾਡੇ ਹੀ ਦਰਵਾਜ਼ੇ 'ਚੋਂ ਲੰਘਦੇ ਨੇ ਅਤੇ ਸਾਡੇ ਘਰ ਦੀ ਕੰਧ ਪਾਰ ਕਰਕੇ ਆਪਣੇ ਗੁਰਦੁਆਰੇ 'ਚ ਦਾਖਲ ਹੁੰਦੇ ਨੇ, ਪਰ ਇਹ ਆਪਣਾ ਦਰਵਾਜ਼ਾ ਨਹੀਂ ਕੱਢਦੇ ਪਏ। ਇਹ ਸਾਨੂੰ ਧਮਕਾ ਰਹੇ ਨੇ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਬਰਦਸਤੀ ਸਿੱਖ ਬਣਾਵਾਂਗੇ, ਤੁਸੀਂ ਕ੍ਰਿਸਚਨ ਨਹੀਂ ਬਣ ਸਕਦੇ, ਨਾ ਤੁਸੀਂ ਕ੍ਰਿਸਚੈਨਿਟੀ ਨੂੰ ਫੋਲੋ ਕਰ ਸਕਦੇ ਹੋ। ਇਹ ਸਾਨੂੰ ਹਰ ਇੱਕ ਮੁਸੀਬਤ ਸਾਡੇ ਉੱਤੇ ਪਾ ਰਹੇ ਨੇ, ਜਦਕਿ ਇਹਨਾਂ ਨੂੰ ਸਪੋਰਟ ਮਿਲਦੀ ਪਈ ਹੈ ਪੁਲਿਸ ਵੱਲੋਂ ਵੀ। SHO ਨਵੀਨ ਕੁਮਾਰ ਇਹਨਾਂ ਦੇ ਨਾਲ 27 ਨਵੰਬਰ ਸੰਡੇ ਦੇ ਦਿਨ ਸਾਡੇ ਘਰ ਵਿੱਚ ਆਏ, ਬਿਨਾਂ ਕਿਸੇ ਵਾਰੰਟ ਤੋਂ, ਬਿਨਾਂ ਕਿਸੇ ਲੇਡੀ ਪੁਲਿਸ ਤੋਂ ਸਾਡੇ ਘਰ ਦੇ ਵਿੱਚ ਆਏ। ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ, ਸਾਨੂੰ ਧਮਕੀਆਂ ਦਿੱਤੀਆਂ ਗਈਆਂ, ਸਾਡੇ 'ਤੇ ਗਲਤ ਇਲਜ਼ਾਮ ਲਗਾਏ ਗਏ, ਅਤੇ ਇਹਨਾਂ ਨੇ ਕੋਈ ਕੋਰਟ ਕੇਸ ਦੀ ਕਾਪੀ ਨਹੀਂ ਦੇਖੀ, ਨਾ ਇਹਨਾਂ ਨੇ ਕੋਈ ਸਾਡੇ ਤੋਂ ਕਾਗਜ਼ ਪੱਤਰ ਮੰਗਿਆ, ਨਾ ਇਹਨਾਂ ਦੇ ਕੋਲ ਕੋਈ ਜੱਜ ਦੇ ਵੱਲੋਂ ਵਾਰੰਟ ਸੀ, ਨਾ ਹੀ ਕੋਈ ਸਾਈਨ ਕੀਤਾ ਹੋਇਆ ਕਾਗਜ਼ ਸੀਗਾ ਜਿਹਦੇ ਅਥਾਰਿਟੀ 'ਤੇ ਸਾਡੇ ਘਰ ਦੇ ਵਿੱਚ ਇੱਦਾਂ ਦਾਖਲ ਹੋ ਸਕਣ। Subscribe to our YouTube channel News DNN by clicking the bell icon. Don't forget to like, comment and share.